ਨਾ ਫਾਂਸੀ ਲੈ ਆ ਤੇ ਉਹਨੂੰ ਮਤਲਬ ਅੰਦਰ ਲੰਮੇ ਲੰਮੇ ਪਾਇਆ ਵਾ ਤੇ ਤੂੰ ਜਲਦੀ ਜਲਦੀ ਆਇਆ ਤੇ ਸਾਡਾ ਉਧਰ ਹੋਟਲ ਆ ਮੈਂ ਤੇ ਆ ਮੁੰਡਾ ਦੋਵੇਂ ਜਣੇ ਹਾਂ ਤੇ ਅਸੀਂ ਉਧਰੋਂ ਤਾਲਾ ਲਾ ਕੇ ਤੇ ਅਸੀਂ ਆਟੋ ਤੇ ਉਸੇ ਟਾਈਮ ਆ ਗਏ ਇੱਥੇ ਬਸ ਆ ਕੇ ਅਸੀਂ ਇਹੀ ਦੇਖਿਆ ਕਹਿੰਦੇ ਕਿ ਕਹਿੰਦੇ ਇਹਨੇ ਫਾਂਸੀ ਲੈ ਲਈ ਆ ਤੇ ਨਾ ਦਰਵਾਜ਼ਾ ਦਰਵੁਜਾ ਤੋੜਿਆ ਵਾ ਬਾਹਰ ਕੱਢਿਆ ਵਾ ਤੇ ਅੰਦਰ ਜਾ ਕੇ ਇਹਨੂੰ ਲੰਮੇ ਪਾਇਆ ਤੇ ਅਸੀਂ ਮਤਲਬ ਡਾਕਟਰ ਡੁਕਟਰ ਬੁਲਾਏ ਦੋ ਤਿੰਨ ਡਾਕਟਰ ਬੁਲਾਏ ਆ ਤੇ ਉਹਨਾਂ ਨੇ ਆ ਕੇ ਸਾਹ ਸੂ ਨੱਪ ਕੇ ਵੇਖਿਆ ਕਹਿੰਦੇ ਨਹੀਂ ਸਾਹ ਸੂ ਕੁਛ ਨਹੀਂ ਹੈਗਾ ਇਹਦਾ ਸੁਸਾਈਡ ਕਰਨ ਦਾ ਕਾਰਨ ਇਹੀ ਕਿ ਮੁੰਡੇ ਨਾਲ ਗੱਲਾਂ ਕਰਦੀ ਫੋਨ ਤੇ ਕੋਈ ਗਰੁੱਪ ਦਾ ਲੜਕਾ ਵਾ ਗਰੁੱਪ ਚ ਕੰਮ ਕਰਦੀ ਰਹੀ ਆ ਹਾਂਜੀ ਇਹ ਪਹਿਲਾਂ ਕੁਆਰੀ ਹੁੰਦੀ ਵੀ ਕਰਦੀ ਸੀਗੀ ਤਾਂ ਕਿ ਇਹ ਹੋਰ ਕੋ ਰਹਿੰਦੀ ਸੀਗੀ ਤਾਂ ਉਹ ਵੀ ਤਿੰਨ ਬੱਚਿਆਂ ਦਾ ਪਿਓ ਸੀਗਾ ਜਿਹਦੇ ਕੋਲ ਰਹਿੰਦੀ ਆ ਫਿਰ ਮਤਲਬ ਕਿ ਇਹ ਜਿੱਥੇ ਆਪਾਂ ਥੱਲੇ ਕਿਰਾਏ ਤੇ ਰਹਿੰਦੇ ਉੱਪਰ ਕਿਰਾਏ ਤੇ ਰਹਿੰਦੀ ਸੀਗੀ ਉੱਥੋਂ ਇਹਨੇ ਮੇਰੇ ਭਰਾ ਨਾਲ ਗੱਲਬਾਤ ਕਰ ਲਈ ਤੇ ਇਹਨੇ ਸੋਚ ਲਿਆ ਕਿ ਮੈਂ ਵਿਆਹ ਕਰ ਲੈਂਦੀ ਹਾਂ ਇਹਦੇ ਨਾਲ ਇਹਨੇ ਵਿਆਹ ਕਰ ਲਿਆ ਫਿਰ ਵੀ ਇਹਦਾ ਮਤਲਬ ਸਿਸਟਮ ਚੇਂਜ ਨਹੀਂ ਹੋਇਆ ਗੱਲ ਗੁੱਲ ਕਰਨ ਦਾ ਫੋਨ ਤੇ ਫਿਰ ਇਹਨੇ ਨਾ ਇੱਥੇ ਜਦੋਂ ਵਿਆਹ ਹੋ ਗਿਆ ਤੇ ਇਹਨੇ ਫਿਰ ਕਿਸੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਇਹਨੂੰ ਆਪਾਂ ਹਟਾਉਂਦੇ ਸੀ ਕਿ ਦਿਵਿਆ ਨਾ ਗੱਲ ਕਰਿਆ ਕਰ ਤੇ ਕਹਿੰਦੀ ਗੱਲ ਕਰਨੀ ਫਿਰ ਅਸੀਂ ਕਹਿਣਾ ਕੁਣਾ ਬੰਦ ਕਰ ਦਿੱਤਾ ਸੀ ਕਿਉਂਕਿ ਮਤਲਬ ਸਾਨੂੰ ਕੋਈ ਮਤਲਬ ਨਹੀਂ ਹੈਗਾ ਕਹਿੰਦੀ ਕਿ ਤੁਹਾਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਮੈਨੂੰ ਕੁਛ ਨਹੀਂ ਕਹਿਣਾ ਤੇ ਇਹ 5-6 ਦਿਨ ਪਹਿਲਾਂ ਆਪਣੇ ਪੇਕੇ ਹੋ ਕੇ ਆਈ ਆ ਤੇ ਪੇਕੇ ਇਹਦੇ ਕੋਈ ਨਹੀਂ ਹੈਗਾ ਮੰਮੀ ਡੈਡੀ ਗੋਰਖਪੁਰ ਗਏ ਹੋਏ ਆ ਤੇ ਬਾਰ ਬਾਰ ਕਹਿੰਦੀ ਮੈਂ ਪੇਕੇ ਜਾਣਾ ਉਹ ਮੁੰਡਾ ਇਹਨੂੰ ਕੰਪੈਲ ਕਰਦਾ ਫੋਨ ਕਰਕੇ ਸੌਖਾ ਮੁੰਡਾ ਬਟਾਲੀ ਦਾ ਇੱਥੋਂ ਦਾ ਛਿਆਟੇ ਦਾ ਤੇ ਉਹ ਇਹਨੂੰ ਬਾਰ ਬਾਰ ਫੋਨ ਕਰਕੇ ਤੰਗ ਕਰਦਾ ਵਾ ਤੂੰ ਇੱਥੋਂ ਜਾ ਉਹਨੂੰ ਇੱਥੋਂ ਜਾਣ ਬਾਰੇ ਕਹਿੰਦਾ ਵਾ ਕਿ ਤੂੰ ਉੱਥੇ ਜਾ ਪਿੰਡ ਪਿੰਡ ਆ ਪੱਟੀ ਪੱਟੀ ਆ ਤੇ ਮੈਨੂੰ ਮਿਲ ਠੀਕ ਹੈ ਤੇ ਇਹ ਫਿਰ ਇੱਥੇ ਮੰਮੀ ਇਹਨਾਂ ਨੂੰ ਤੰਗ ਕਰਦੀ ਆ ਫਿਰ ਮੰਮੀ ਹੁਣਾਂ ਨੂੰ ਗਾਲਾਂ ਗਲੋਚ ਦਿੰਦੀ ਆ ਤੇ ਮੰਮੀ ਤੇ ਕਈ ਕਈ ਵਾਰੀ ਹੱਥੀ ਵੀ ਪੈਂਦੀ ਆ ਠੀਕ ਹੈ ਡੈਡੀ ਹੁਣਾਂ ਨੂੰ ਵੀ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਦੀ ਆ ਕਿ ਮੈਂ ਜਾਣਾ ਵਾ ਠੀਕ ਹੈ ਤੇ ਇਸ ਕਰਕੇ ਮੰਮੀ ਹੁਣਾਂ ਨੇ ਆਪਾਂ ਸਾਰਿਆਂ ਨੇ ਬੋਲਣਾ ਬੰਦ ਕਰ ਦਿੱਤਾ ਸੀ ਕਿ ਤੂੰ ਜੋ ਮਰਜ਼ੀ ਕਰ ਛੋਟੇ ਕਮਰੇ 'ਚ ਇੱਧਰ ਹੀ ਰਹਿੰਦੀ ਸੀਗੀ ਫੋਨ ਤੇ ਗੱਲ ਕਰਦੀ ਜਿਹਦੇ ਨਾਲ ਮਰਜ਼ੀ ਜੋ ਮਰਜ਼ੀ ਕਰਦੀ ਆਪਾਂ ਦਖਲਬਾਜ਼ੀ ਨਹੀਂ ਦਿੰਦੇ ਸੀਗੇ ਤੇ ਅੱਜ ਇਦਾਂ ਹੀ ਕਿ ਸਵੇਰੇ ਮਤਲਬ ਮੰਮੀ ਕਹਿੰਦੇ ਕਿ ਮੈਂ ਉੱਠੀ ਹਾਂ ਤੇ ਮੈਂ ਇਹਨੂੰ ਕਿਹਾ ਵਾ ਉੱਠ ਕੇ ਸਵੇਰੇ ਕਿ ਚਾਹ ਚੂ ਪੀ ਲਾ ਦਿਵਿਆ ਤੇ ਇਹਨੇ ਕੁਛ ਨਹੀਂ ਫੋਨ ਤੇ ਗੱਲਾਂ ਕਰਨ ਦੀ ਸੀ ਇੱਧਰ ਤੇ ਰਾਤੀ ਵੀ ਮੇਰਾ ਭਰਾ ਇਹਨੂੰ ਫੋਨ ਕਰਨ ਦਿਆ ਸੀ 12-1 ਵਜੇ ਨਾਲ ਫੋਨ ਵੇਟਿੰਗ ਆਉਣ ਦਿਆ ਸੀਗਾ ਤੇ ਸਵੇਰੇ ਮੰਮੀ ਨਾਲ ਕਿਹਾ ਚਾਹ ਚੂ ਪੀ ਲਾ ਆ ਕੇ ਤੇ ਮੰਮੀ ਨੂੰ ਇਹਨੇ ਇਦਾਂ ਹੀ ਕਿਹਾ ਕਹਿੰਦੀ ਜਾ ਮੈਂ ਨਹੀਂ ਗਸਤੀ ਹੈ ਚਾਹ ਚੂ ਪੀਣੀ ਹੈਗੀ ਜਾ ਉੱਧਰ ਜਾ ਕੇ ਕੰਮ ਕਰ ਮੰਮੀ ਕਹਿੰਦੇ ਤੂੰ ਇਦਾਂ ਗਾਲਾਂ ਕੱਢਦੀ ਤੂੰ ਘਰ ਦਾ ਕੋਈ ਕੰਮ ਵੀ ਨਹੀਂ ਕਰਦੀ ਤੇ ਆਹ ਤੇਰੇ ਵਾਸਤੇ ਮਾੜੀ ਗੱਲ ਆ ਬਸ ਇੰਨੀ ਗੱਲ ਤੇ ਡੈਡੀ ਦਾ ਫੋਨ ਫਰਿੱਜ ਤੋਂ ਚੁੱਕ ਕੇ ਸੁੱਟ ਕੇ ਤੋੜ ਦਿੱਤਾ ਤੇ ਬਾਅਦ ਵਿੱਚ ਇਹਨੇ ਆਪਣਾ ਫੋਨ ਤੋੜਿਆ ਪਹਿਲਾਂ ਮੇਰੇ ਭਰਾ ਨਾਲ ਗੱਲ ਗੁੱਲ ਕੀਤੀ ਆ ਫੋਨ ਤੇ ਇਹਨੇ ਬਟਾਲੇ ਤੇ ਬਾਅਦ ਚ ਇਹਨੇ ਆਪਣਾ ਫੋਨ ਤੋੜ ਦਿੱਤਾ ਵਾ ਸੁੱਟ ਕੇ ਤੋੜ ਕੇ ਇੱਧਰ ਕਮਰੇ 'ਚ ਆਈ ਆ ਤੇ ਮੇਰੇ ਜੀਜਾ ਹੀ ਆ ਗਿਆ ਤੇ ਕਹਿੰਦੀ ਤੁਸੀਂ ਮੈਨੂੰ ਬੋਲਦੇ ਹੋ ਨਾ ਜੇ ਉਹ ਮੰਮੀ ਨਾਲ ਨੂੰ ਤੇ ਕਹਿੰਦੀ ਹੁਣ ਮੇਰਾ ਭਰਾ ਆ ਗਿਆ ਵਾ ਜੀਜੇ ਨੇ ਸਾਰਾ ਕੁਝ ਕੀਤਾ ਇਹਨਾਂ ਦਾ ਵਿਆਹ ਵੀ ਤੇ ਕਹਿੰਦੀ ਹੁਣ ਮੇਰਾ ਭਰਾ ਆ ਗਿਆ ਤੇ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੇ ਇਹ ਚੱਲੀ ਕੋਠੇ ਤੇ ਮੁੰਡਾ ਲੈ ਕੇ ਤੇ ਕੋਠੇ ਤੋਂ ਕਹਿੰਦੀ ਮੈਂ ਛਾਲ ਮਾਰ ਕੇ ਮਰ ਜਾਣਾ ਵਾ ਸਾਰੇ ਜਣੇ ਗਲੀ ਗੁਲੀ ਵਾਲੇ ਵੇਚਦੇ ਪਏ ਸੀ ਉੱਪਰ ਚੱਲ ਗਈ ਮੁੰਡਾ ਲੈ ਕੇ ਉੱਪਰ ਉਹਦੇ ਡੈਡੀ ਨੂੰ ਲੈ ਆਏ ਥੱਲੇ ਪੌੜੀਆਂ ਦਾ ਤਾਲਾ ਤੂਲਾ ਲਾਤਾ ਥੱਲੇ ਆ ਕੇ ਕਹਿੰਦੀ ਮੈਂ ਕੱਪੜੇ ਚੇਂਜ ਕਰ ਲੱਗੀ ਹਾਂ ਤੇ ਮੈਂ ਬਾਜ਼ਾਰ ਜਾਣਾ ਵਾ ਤੇ ਅੰਦਰ ਜਾ ਕੇ ਨਾ ਇਹਨੇ ਮੁੰਡਾ ਬਾਹਰ ਕੱਢ ਕੇ ਤੇ ਡੋਗੀ ਬਾਹਰ ਕੱਢ ਕੇ ਤੇ ਦਰਵਾਜ਼ਾ ਅੰਦਰੋਂ ਲਾ ਲਿਆ ਤੇ ਉਸ ਤੋਂ ਬਾਅਦ ਮੰਮੀ ਕਹਿੰਦੇ ਇਹਨੇ ਪਤਾ ਨਹੀਂ ਅੰਦਰ ਫਾੜ ਲਿਆ ਬਾਹਰ ਚੋਂ ਵੇਖਿਆ ਸਾਰਿਆਂ ਨੇ ਸਾਹਮਣੇ ਅੰਕਲ ਡੈਡੀ ਦਰਵਾਜ਼ਾ ਜ਼ੋਰ ਦੀ ਭੰਨ ਕੇ ਤੇ ਅੰਦਰ ਜਾ ਕੇ ਉਹਨੂੰ ਬਾਹਰ ਕੱਢ ਕੇ ਮਤਲਬ ਫਿਰ ਲਿਆਂਦਾ ਹਾਂ ਮੈਨੂੰ ਤਾਂ ਉਦੋਂ ਫੋਨ ਕੀਤਾ ਮੈਂ 11 ਵਜੇ ਆਈ ਹਾਂ ਇੱਧਰ ਪਹਿਲੇ ਦਿਵੇ ਨਾਂ ਦੀ ਲੜਕੀ ਹੈ ਉਮਰ ਇਹਦੀ 23 ਸਾਲ ਹੈ ਤੇ ਇਹਦੇ ਹਸਬੰਡ ਜਿਹੜੇ ਬਟਾਲੇ ਰਹਿੰਦੇ ਸੀਗੇ ਇੱਥੇ ਆਪਣੇ ਪੇਰੈਂਟਸ ਦੇ ਨਾਲ ਆਪਣੇ ਸਹੁਰੇ ਪਰਿਵਾਰ ਨਾਲ ਰਹਿੰਦੀ ਸੀਗੀ ਤੇ ਫਿਰ ਇਹਨਾਂ ਨੇ ਆਪਸੇ ਜਿਹੜਾ ਸਹੁਰੇ ਬੈਸੇ ਆ ਕੇ ਦੇਖ ਦੂਜੇ ਦੇ ਨਾਲ ਤੇ ਸਹੁਰੇ ਗੱਲ ਨੂੰ ਲੈ ਕੇ ਤੇ ਇਹਨੇ ਗੁੱਸੇ ਜਾਣ ਕੇ ਨੇ ਸ਼ੁਰੂ ਛੱਡ ਕਰ ਜਮਾ ਕਰਾਵਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਜੋ ਵੀ ਜਿੱਦਾਂ ਸੀਨੀਅਰ ਅਫਸਰ ਹੈ ਉਹਨੇ ਨੋਟਿਸ ਵਿੱਚ ਲੈਂਦਾ ਜੋ ਵੀ ਹੁਕਮ ਹੋਏਗਾ ਅਗਲੀ ਕਾਰਵਾਈ ਨਹੀਂ ਬੋਲੋ ਉਹਨੂੰ ਲਈ ਚੱਲਣ ਦੀ ਜਾਊਗੀ ਠੀਕ ਹੈ ਥੈਂਕ ਯੂ ਜੀ